ਤੁਸੀਂ ਇਸ ਵੇਲੇ ਜਿੱਥੇ ਖੜੀ ਨੂੰ ਮੈਨੂੰ ਵੇਖ ਰਹੇ ਹੋ ਉਹ ਹੈ ਤਲਵਾੜਾ ਸ਼ਹਿਰ ਦੇ ਨੇੜਲੇ ਪਹਾੜਾਂ ਵਿੱਚ ਵਸਿਆ ਇੱਕ ਨਿਰੋਲ ਪੰਜਾਬੀ ਪਿੰਡ ਬ੍ਰਿੰਗਲੀ। ਪਹਾੜੀ ਖਾਣਿਆਂ ਦਾ ਨਿਵੇਕਲਾ ਰੰਗ ਟੰਗ ਹੈ ਤੇ ਇਹਨਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚੋਂ ਨਿਵੇਕਲੀ ਚੀਜ਼ ਹੈ ਅਰਬੀ ਦੇ ਪਤੌੜ। ਕੀ ਹੈ ਇਹਨਾਂ ਨੂੰ ਬਣਾਉਣ ਦਾ ਤਰੀਕਾ ਸਾਨੂੰ ਦੱਸ ਰਹੇ ਨੇ ਬੇਬੇ ਸ਼ੀਲਾ ਦੇਵੀ ਜੀ ਸਾਡੇ ਸੈਗਮੈਂਟ ਪੇਂਡੂ ਤੜਕਾ ਵਿੱਚ। ਸਤਿ ਸ਼੍ਰੀ ਅਕਾਲ ਬੇਬੀ ਜੀ। ਸਤਿ ਸ਼੍ਰੀ ਅਕਾਲ ਜੀ ਬੇਟਾ। ਕੀ ਹਾਲ ਚਾਲ ਹੈ? ਠੀਕ ਬੇਟਾ ਜੀ, ਸਭ ਠੀਕ ਠਾਕ ਵਧੀਆ। ਹਾਂ ਜੀ, ਫਿਰ ਅੱਜ ਮੈਨੂੰ ਸਿਖਾਓਗੇ ਅਰਬੀ ਦੇ ਪਤੌੜ? ਹਾਂ ਜੀ ਬੇਟਾ ਜੀ, ਸਿਖਾਓਗੇ। ਤੇ ਅੱਜ ਬਣਨ ਜਾ ਰਹੀ ਹੈ ਉਹ ਚੀਜ਼ ਜੋ ਕਿ ਕਦੇ ਆਮ ਨਹੀਂ ਬਣਦੀ, ਇਹ ਬਣਦੀ ਹੈ ਖਾਸ ਇਲਾਕੇ ਦੇ ਵਿੱਚ ਇੱਕ ਖਾਸ ਮੌਸਮ ਦੇ ਵਿੱਚ, ਤੇ ਆਓ ਫਿਰ ਵੇਖੀਏ ਕਿਵੇਂ ਹੁੰਦੀ ਹੈ ਤਿਆਰ। ਬੇਬੀ ਜੀ, ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਕਿ ਅਸੀਂ ਕਿਹੜਾ ਕਿਹੜਾ ਸਮਾਨ ਲਿਆ। ਇਹ ਬੇਟਾ ਅਸੀਂ ਪਹਿਲੋਂ ਲਿਆ ਬੇਸਣ। ਹਾਂਜੀ ਹਾਂਜੀ। ਫਿਰ ਅਸੀਂ ਡਾਲੂਗੇ ਤੇਲ। ਤੇਲ? ਹਾਂਜੀ, ਸਰੋਂ ਦਾ ਤੇਲ। ਸਰੋਂ ਦਾ ਤੇਲ? ਹਾਂਜੀ, 2 ਚਮਚ। ਠੀਕ ਹੈ ਬੇਬੀ ਜੀ, ਹੋਰ ਕੀ ਕੀ ਲਿਆ ਸੀ? ਫਿਰ ਅਸੀਂ ਡਾਲੂਗੇ ਮਸਾਲਾ, ਜੀਰਾ। ਜੀਰਾ? ਹਾਂਜੀ ਬੇਬੀ ਜੀ। ਜੀਰਾ ਪੀਸਿਆ ਹੋਇਆ? ਹਾਂਜੀ ਪੀਸਿਆ ਹੋਇਆ। ਠੀਕ ਹੈ। ਫਿਰ ਅਸੀਂ ਡਾਲੂਗੇ ਹੀਂਗ। ਹੀਂਗ? ਹਾਂਜੀ, ਸਵਾਦ ਵਾਸਤੇ। ਹਾਂਜੀ, ਵਾਸ਼ਨਾ ਵਾਸਤੇ। ਠੀਕ ਹੈ, ਵਾਸ਼ਨਾ ਵਾਸਤੇ। ਫਿਰ ਅਸੀਂ ਡਾਲੂਗੇ ਜੁਆਣੇ। ਜੁਆਣੇ? ਹਾਂਜੀ। ਠੀਕ ਹੈ, 1 ਚਮਚ। ਠੀਕ? ਹਾਂਜੀ, 1 ਚਮਚ ਕਾਲੀ ਮਿਰਚ। 1 ਚਮਚ ਕਾਲੀ ਮਿਰਚ? ਹਾਂਜੀ, ਇਹ ਦੇਖੋ। 1 ਚਮਚ ਹਲਦੀ। ਹਲਦੀ? ਹਾਂਜੀ, ਜ਼ਿਆਦਾ। ਲਾਲ ਮਿਰਚ। ਲਾਲ ਮਿਰਚ? ਹਾਂਜੀ। ਇਹ ਕਿੰਨੀ ਕੁ ਪਏਗੀ? 1 ਚਮਚ। 1 ਚਮਚ? ਹਾਂਜੀ। ਹੁਣ ਅਸੀਂ ਨਮਕ, ਹਰੀ ਮਿਰਚ ਵਾਲਾ ਨਮਕ। ਹਰੀ ਮਿਰਚ ਵਾਲਾ ਨਮਕ? ਹਾਂਜੀ, ਇਹ ਦੇਖੋ, 1 ਚਮਚ। ਬੇਬੀ ਜੀ, ਅਸੀਂ ਬੇਸਣ ਦਾ ਘੋਲ ਤਿਆਰ ਕਰਨਾ। ਹਾਂਜੀ, ਹੁਣ ਅਸੀਂ ਘੋਲ ਤਿਆਰ ਕਰਾਂਗੇ, ਫਿਰ ਇਹਨਾਂ ਪੱਤਿਆਂ 'ਤੇ ਲਾਵਾਂਗੇ। ਇਹ ਪੱਤੇ ਕਿਸ ਚੀਜ਼ ਦੇ ਨੇ? ਇਹ ਅਰਬੀ ਦੇ ਪੱਤੇ ਹੈਗੇ ਨੇ। ਬੇਬੀ ਜੀ, ਅਰਬੀ ਦੇ ਪੱਤੇ ਕਿਸੇ ਖਾਸ ਰੁੱਤ ਦੇ ਵਿੱਚ ਮਿਲਦੇ ਨੇ? ਇਹੋ ਰੁੱਤ ਦੇ ਵਿੱਚ ਮਿਲਦੇ, ਸਾਉਣ ਭਾਦੋ ਵਿੱਚ। ਸਾਉਣ ਭਾਦੋ ਦੀ ਰੁੱਤ ਵਿੱਚ ਮਿਲਦੇ ਨੇ? ਸਾਉਣ ਭਾਦੋ ਦੇ। ਠੀਕ ਹੈ ਬੇਬੀ ਜੀ, ਇਹ ਬੇਸਣ ਦੇ ਘੋਲ ਨੂੰ ਅਸੀਂ ਪੱਤਿਆਂ 'ਤੇ ਲਾਵਾਂਗੇ। ਹਾਂਜੀ, ਪੱਤਿਆਂ 'ਤੇ ਲਾਵਾਂਗੇ, ਤੁਹਾਨੂੰ ਦਿਖਾਵਾਂਗੇ ਲਾ ਕੇ। ਠੀਕ ਹੈ, ਅਤੇ ਕਿੰਨਾ ਕੁ ਗਾੜਾ ਘੋਲ ਤਿਆਰ ਕਰਨਾ ਸੀ? ਥੋੜ੍ਹੇ ਚਿਰ ਹੀ, ਥੋੜ੍ਹਾ ਹੀ ਪਾਣੀ ਪਾਉਣਾ ਇਹਦੇ 'ਚ। ਅਸੀਂ ਬੇਸਣ ਵੀ ਲਾ ਸਕਦੇ ਹਾਂ ਅਤੇ ਜਵਾਰ ਦਾ ਆਟਾ ਵੀ ਲਾ ਸਕਦੇ ਹਾਂ। ਜਵਾਰ ਦਾ ਆਟਾ? ਹਾਂਜੀ, ਜੇ ਤੁਹਾਡੇ ਕੋਲ ਬੇਸਣ ਨਾ ਹੋਏ ਤਾਂ ਜਵਾਰ ਦਾ ਆਟਾ ਵੀ ਵਰਤ ਸਕਦੇ ਹੋ। ਵਰਤ ਸਕਦੇ। ਇਹ ਬੇਟਾ ਜੀ, ਘੋਲ ਹੋ ਗਿਆ ਹੁਣ ਸਾਡਾ। ਜੀ ਬੇਬੇ ਜੀ, ਹੁਣ ਅਸੀਂ ਪਤੀਲੇ 'ਚ ਪਾਣੀ ਪਾਵਾਂਗੇ। 1 ਕੌਲੀ ਪਾਈ, 2 ਪਾਈ। ਠੀਕ ਹੈ? ਹਾਂਜੀ, ਇਹ ਇੱਦਾਂ ਰੱਖ ਦੇਣੀ ਵਿੱਚ। ਠੀਕ ਹੈ, ਇੱਦਾਂ। ਇਹ ਕਾਹਦੇ ਵਾਸਤੇ ਪਾਇਆ ਬੇਬੇ ਜੀ ਤੁਸੀਂ? ਇਹ ਪਤੇੜ ਬਣਾਉਣੇ ਨਾ ਅਸੀਂ। ਹਾਂਜੀ, ਇਹਨਾਂ ਪਕਾਉਣ ਵਾਸਤੇ। ਠੀਕ ਹੈ, ਹੁਣ ਅਸੀਂ ਕੀ ਕਰਾਂਗੇ? ਹੁਣ ਅਸੀਂ ਕੱਪੜਾ ਵਿਛਾ ਕੇ ਇਹਨਾਂ ਦੇ ਪੱਤਿਆਂ 'ਤੇ ਲਾਵਾਂਗੇ ਬੇਸਣ। ਅਸੀਂ ਬੇਸਣ ਨੂੰ ਪੱਤਿਆਂ 'ਤੇ ਮਲਾਂਗੇ? ਹਾਂਜੀ। ਠੀਕ ਹੈ ਜੀ, ਤੁਸੀਂ ਵੇਖ ਰਹੇ ਹੋ ਕਿੰਨਾ ਵੱਖਰਾ ਤਰੀਕਾ ਅਰਬੀ ਦੇ ਪਤੌੜ ਬਣਾਉਣ ਦਾ। ਅਰਬੀ ਦੇ ਪੱਤਿਆਂ ਦੇ ਉੱਤੇ ਬੇਸਣ ਮਲਿਆ ਜਾ ਰਿਹਾ। ਵਾਹ ਜੀ, ਬੇਬੇ ਜੀ ਨੇ ਤਾਂ ਕਰ ਵੀ ਲਿਆ ਇੱਕ ਪਤੌੜਾ ਤਿਆਰ। ਬੇਬੇ ਜੀ, ਹੁਣ ਅਸੀਂ ਇਹਨਾਂ ਨੂੰ ਉਬਾਲਾਂਗੇ। ਹਾਂਜੀ ਬੇਟਾ ਜੀ, ਪਾਈਏ ਵਿੱਚ। ਬਿਲਕੁਲ, ਥੋੜ੍ਹਾ ਟਾਈਮ ਲੱਗਣਾ ਹੈ। ਟਾਈਮ ਲੱਗ ਜਾਏਗਾ, ਫਿਰ ਪਕਾ ਕੇ ਕੱਟ ਕੇ ਤੁਹਾਨੂੰ ਤਲਾ ਕੇ ਖਾਵਾਂਗੇ। ਬੇਬੀ ਜੀ, ਲੱਗਦਾ ਸਾਡੇ ਪਤੌੜ ਹੋ ਗਏ ਨੇ ਤਿਆਰ। ਹੋ ਗਏ ਨੇ, ਲਈਏ? ਹਾਂਜੀ, ਲਾ ਕੇ ਦੇਖਦੇ ਹਾਂ। ਹਾਂਜੀ, ਵੇਖਣ 'ਚ ਤਾਂ ਬਹੁਤ ਹੀ ਵਧੀਆ ਲੱਗ ਰਹੇ ਨੇ, ਮੇਰਾ ਤਾਂ ਦਿਲ ਕਰੇ ਹੁਣੇ ਖਾ ਲਵਾਂ। ਹੁਣ ਬੇਟਾ ਕੜਾਹੀ ਰੱਖੋ ਉੱਪਰ। ਹਾਂਜੀ ਬੇਬੇ ਜੀ, ਕੱਟ ਕੇ ਤਲ ਕੇ ਫਿਰ ਤੁਹਾਨੂੰ ਦੱਸ ਖਲਾਵਾਂਗੇ। ਜਿੰਨੀ ਦੇਰ ਸਾਡਾ ਤੇਲ ਗਰਮ ਹੁੰਦਾ ਉਨੀ ਦੇਰ ਅਸੀਂ ਇਹਨਾਂ ਨੂੰ ਕੱਟ ਲੈਂਦੇ ਹਾਂ। ਠੀਕ ਹੈ, ਤੇਲ ਗਰਮ ਹੋ ਜਾਣਾ, ਫਿਰ ਅਸੀਂ ਇਹਦੇ ਵਿੱਚ ਪਾ ਲੈਣੇ। ਹਾਂਜੀ ਬੇਟਾ ਜੀ, ਤੇਲ ਹੋ ਗਿਆ ਹੁਣ। ਠੀਕ ਹੈ, ਹੁਣ ਤਲ ਕੇ ਦਿਖਾਵਾਂ ਤੁਹਾਨੂੰ। ਹਾਂਜੀ, ਇਹ ਦੇਖੋ, ਸਰੋਂ ਦੇ ਤੇਲ ਵਿੱਚ ਪਤੌੜ ਤਲੇ ਜਾ ਰਹੇ ਨੇ ਅਤੇ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਕਿ ਮੇਰਾ ਦਿਲ ਕਰ ਰਿਹਾ ਹੁਣੇ ਖਾ ਲਵਾਂ।
ਬੇਬੇ ਜੀ ਅਸੀਂ ਕਿੰਨਾ ਚਿਰ ਤਲਾਂਗੇ ਇਹਨੂੰ ਤੇਲ ਦੇ ਵਿੱਚ? ਬਸ ਥੋੜੇ ਚਿਰ ਹੀ। ਥੋੜੇ ਚਿਰ? ਹੋਰ ਇੱਕ ਪਰਤਾ ਲਾਣਾ ਬਸ ਹੋ ਜਾਣਾ। ਸਾਡੇ ਪਤੌੜ ਹੋ ਗਏ ਨੇ ਬਿਲਕੁਲ ਤਿਆਰ। ਕੱਢ ਲਈਏ ਬੇਟਾ। ਹਾਂਜੀ ਇਹ ਦੇਖੋ ਹੋ ਗਈ। ਦੇਖੋ ਬੇਟਾ ਲਿਆਓ ਬੇਬੇ ਜੀ। ਕਾ ਕਿਆ ਦੇਖੋ? ਹਾਂਜੀ ਬੇਬੇ ਜੀ, ਬੇਬੇ ਜੀ ਨੇ ਤਾਂ ਮੈਨੂੰ ਸਿਖਾ ਦਿੱਤੇ ਨੇ ਅਰਬੀ ਦੇ ਪਤੌੜ। ਇਹ ਵੇਖਣ 'ਚ ਵੀ ਬਹੁਤ ਹੀ ਵਧੀਆ ਨੇ। ਮੈਂ ਖਾ ਕੇ ਜ਼ਰੂਰ ਦੱਸਾਂਗੀ ਕਿ ਇਹ ਕਿੱਦਾਂ ਦੇ ਬਣੇ ਨੇ, ਪਰ ਉਸ ਤੋਂ ਪਹਿਲਾਂ ਤੁਸੀਂ ਨੋਟ ਕਰ ਲਓ ਕਿ ਅਸੀਂ ਇਹ ਅਰਬੀ ਦੇ ਪਤੌੜ ਕਿਵੇਂ ਤਿਆਰ ਕੀਤੇ। ਵਾਹ ਬੇਬੇ ਜੀ, ਇਹ ਤਾਂ ਬਹੁਤ ਹੀ ਮਜ਼ੇਦਾਰ ਕੁਰਕੁਰੇ ਬਣੇ ਨੇ। ਇੰਨੇ ਸਵਾਦ ਕੀ ਖਾ ਕੇ ਸਵਾਦ ਆ ਗਿਆ। ਬੇਬੇ ਜੀ ਤੁਸੀਂ ਇੰਨੀ ਮਿਹਨਤ ਨਾਲ ਸਾਨੂੰ ਪਤੌੜ ਸਿਖਾਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬੇਟਾ ਜੀ ਧੰਨਵਾਦ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ।